ਸਲਾਮ ਅਲੈਕਮ, ਕੀ ਹਾਲ ਹੈ? ਠੀਕ ਹੋ? ਉਮੀਦ ਕਰਦਾ ਸਾਡੇ ਵੀਰ ਭਰਾ ਠੀਕ ਠਾਕ ਹੋਣਗੇ। ਦੋਸਤੋ, ਅੱਜ ਦੇ ਵਲੋਗ ਦਾ ਆਗਾਜ਼ ਕਰਨਾ। ਦੋਸਤੋ, ਮੈਂ ਊਂ ਨਾਲੇ ਆਇਆ ਜੇ ਤਕਰੀਬਨ 4 ਵਜੇ ਜੇ, ਠੀਕ ਹੈ। ਅਤੇ ਸੁਬਹਾ ਦੀ ਅੱਜ ਬਾਰਿਸ਼ ਹੁੰਦੀ ਹੈ ਜੇ, ਅੱਜ ਇੱਦਾਂ ਹੈ ਕਿ ਤਾਂ ਬਾਰਿਸ਼ ਬਹੁਤ ਜ਼ਿਆਦਾ ਹੋਈ ਜੇ, ਠੀਕ ਹੈ ਨਾ। ਬਾਕੀ ਸਾਡੇ ਜਗ੍ਹਾ ਦੇਖੋ ਕਿੰਝ ਗਿੱਲੀ ਜੇ, ਅਤੇ ਸਾਰੇ ਜਾਨਵਰ ਮੈਂ ਛੋਟੇ ਪਹਾੜੇ ਜੇ। ਅੱਜ ਸਾਡਾ ਕੰਮ ਵੀ ਨਹੀਂ ਇੰਨਾ ਹੈ, ਕਿਉਂਕਿ ਸਾਡਾ ਅੱਜ ਸੁਲਤਾਨ ਖੁੱਲ੍ਹ ਗਿਆ। ਅੱਜ ਉਹਨੇ ਖੁੱਲ੍ਹ ਕੇ ਸਾਰਾ ਦੋਸ਼ ਪੀ ਲਿਆ, ਜੋ ਕੋਈ ਜਿਹੜਾ ਨਾ ਲੱਗਣਾ ਸੀ ਟਾਈਮ ਦੋਸ਼ ਚੋਣ 'ਚ, ਉਹ ਸਾਡਾ ਲੱਗਾ ਨਹੀਂ ਆਇਆ ਅੱਜ। ਅਤੇ ਪੱਠੇ ਸੁੱਟ ਕੇ ਤਾਂ ਮੈਂ ਵਿਹਲਾ ਹੋ ਗਿਆ, ਠੀਕ ਹੈ। ਬਾਕੀ ਹੁਣ ਛੋਟੇ ਵੱਡੇ ਨਾਲ ਰਹਿ ਗਏ ਨੇ, ਠੀਕ ਹੈ। ਤਾਂ ਦੋਸਤੋ, ਸਾਡਾ ਜੋਗੀ ਜਿਹੜਾ ਜੇ ਨਾ ਹੋਇਆ, ਦੇਖੋ ਨਾ ਇੱਥੇ ਜੋਗੀ, ਨਾ ਇੱਥੇ ਜੋਗੀ, ਨਾ ਅੰਦਰ ਜੋਗੀ। ਜੋਗੀ ਲੈ ਕੇ ਤੁਰ ਗਏ ਨੇ ਲਾਲੇ ਅੜੀਏ ਬਾਹਰ ਘੁਮਾਣ ਫੜਾਣ। ਬਾਕੀ ਅਸਾਂ ਆਪਣੇ ਚੂਜ਼ੇ ਸਾਡੇ ਖੋਲ੍ਹੇ ਜੇ, ਚੈੱਕ ਕਰੋ ਇਹ ਮੁਰਗੀ ਵੀ, ਇਸ ਅੰਡੇ ਵਾਲੀ ਅੰਦਰੋਂ ਕੱਢੀ ਜੇ ਤੁਹਾਨੂੰ ਦਿਖਾਵਾਂ। ਅੰਦਰ ਸਾਰਾ ਹੀ ਗਿੱਲਾ ਅਤੇ ਅੰਡੇ ਵੀ ਸਾਰੇ ਗਿੱਲੇ ਮੇਰੇ। ਹੁਣ ਉਮੀਦ ਹੈ ਨਹੀਂ ਕਿ ਅੰਡੇ ਨਿਕਲਣਗੇ ਬੱਚੇ, ਆ ਚੈੱਕ ਕਰੋ ਕਿੰਝ ਸਾਰੇ ਗਿੱਲੇ ਹੋ ਗਏ ਨੇ, ਆ ਚੈੱਕ ਕਰੋ ਕਿੰਝ ਗਿੱਲੇ, ਸਾਰੇ ਟੋਟਲੀ ਗਿੱਲੇ ਅੰਡੇ ਹੋਏ ਨੇ। ਅਤੇ ਇਹ ਦਰਵਾਜ਼ਾ ਬੰਦ ਰੱਖਣਾ ਇਸ ਵਾਸਤੇ, ਕਿਉਂਕਿ ਇਹ ਅੰਦਰ ਵੜ ਕੇ ਜਿਹੜੇ ਅੰਡਿਆਂ 'ਚ ਅੰਡੇ, ਕੀ ਪਤਾ ਅੱਲਾਹ ਹੈ ਕਿ ਅੱਲਾਹ ਕਰੇ ਕੀ ਪਤਾ ਨਿਕਲ ਹੀ ਆਉਣ। ਇਹ ਜਿਹੜੀ ਮੁਰਗੀ ਨਾ ਅੰਡੇ ਪੀ ਹੜਦੀ ਹੈ, ਠੀਕ ਹੈ। ਅਤੇ ਬਾਕੀ ਅੱਜ ਇਹਨਾਂ ਦਾ ਦਾਣਾ ਸਾੜਿਆਂ ਦਾ ਖਤਮ ਹੋਇਆ ਅੱਜ, ਇਸ ਵਾਸਤੇ ਇੰਜ ਫਿਰਦੇ। ਅਤੇ ਮੈਂ ਹੁਣ ਦਲੀਆ ਇਹਨਾਂ ਦਾ ਭਿਉਂਆ, ਹਜੇ ਮੈਂ ਥੋੜ੍ਹਾ ਹੜਾ ਨਾਲ ਦਲੀਆ ਭਿਉਂਆ ਸੀ ਕਿ ਮੈਂ ਦਾਣਾ ਖਤਮ ਹੋਇਆ ਅਤੇ ਦਲੀਆ ਪਾ ਕੇ ਨੜ ਜਾਈਏ ਅੱਜ। ਅੱਜ ਆ ਜਾ ਅੱਜ ਇਹ ਦੇਖੋ ਕਿੰਨੀ ਜ਼ਿਆਦਾ ਭੁੱਖ ਲੱਗੀ, ਮੇਰਾ ਹੱਥ ਖਾਈ ਜਾਂਦੇ ਜੇ। ਇਹ ਦੇਖੋ ਮਾਸ਼ਾਅੱਲਾ ਕਿੰਨੀ ਭੁੱਖ ਲੱਗੀ ਹੈ ਜਾਂ ਇਹ, ਇਹਨੂੰ ਤਾਂ ਜ਼ਿਆਦਾ ਲੱਗੀ ਹੋਣੀ ਨਾ, ਉਹ ਅੰਡਿਆਂ ਦੇ ਉੱਤੇ ਬੈਠੀ ਸੀ ਇਹ ਪਾੜੇ ਵਾਲੀ ਜਿਹੜੀ। ਲੈ ਦੇਖੋ ਮਾਸ਼ਾਅੱਲਾ ਇਹਨਾਂ ਨੂੰ ਕਿੰਨੀ ਭੁੱਖ ਲੱਗੀ ਜੇ। ਧਾਈਏ ਕੋ ਮੁੜਗਾ ਅੰਦਰ, ਉਹ ਦੇਖੋ ਛੋਟੇ ਬੱਚੇ ਮੇਰੇ ਹੱਥ ਹੀ ਫੜ ਕੇ ਖਿੱਚੀ ਜਾਂਦੇ ਜੇ, ਪੇ ਮੇਰਾ ਹੱਥ ਫੜ ਕੇ ਖਿੱਚੀ ਜਾਂਦੇ ਜੇ, ਇੰਨੀ ਇਹਨਾਂ ਨੂੰ ਭੁੱਖ ਲੱਗੀ ਜੀ। ਇਹ ਦੂਜਿਆਂ ਨੂੰ ਵੀ ਇੱਥੇ ਛੋਟੇ ਖੜਗੋਸ਼ ਨਹੀਂ, ਸਾਡੇ ਨੂੰ ਵੀ ਭੁੱਖ ਲੱਗੀ ਹੈ। ਰਾਤੀ ਖੜਗੋਸ਼ ਨੂੰ, ਪਰਸੋਂ ਰਾਤ ਨੂੰ ਬਿੱਲੀ ਪੈ ਗਈ ਖੜਗੋਸ਼ ਨੂੰ, ਉਹ ਦੇਖੋ ਕਿੱਥੇ ਦੌੜ ਗਈ। ਸਾਰੇ ਚੂਜ਼ਿਆਂ ਨੂੰ ਭੁੱਖ ਲੱਗੀ ਤੇ, ਪਰ ਸਾਡੇ ਕੋਲ ਦਾਣਾ ਖਤਮ ਹੋ ਗਿਆ। ਹੁਣ ਦਾਣਾ ਸੁਬਹਾ ਇੱਧਰ ਇੱਧਰ ਆ, ਇੱਧਰ ਆ, ਇੱਧਰ ਆ, ਇੱਧਰ ਆ, ਇੱਧਰ ਆ, ਇੱਧਰ ਆ। ਇਹ ਦੇਖੋ ਮਾਸ਼ਾਅੱਲਾ ਇਹਨਾਂ ਨੂੰ ਕਿੰਨੀ ਭੁੱਖ ਲੱਗੀ ਜੀ। ਸਾਡੀ ਖੜਗੋਸ਼ ਨੇ ਵੀ ਬਹੁਤ ਜ਼ਿਆਦਾ ਭੁੱਖ ਲੱਗੀ ਹੈ, ਇਸ ਵਾਰ ਇਹਨੂੰ ਸੁਬਹਾ ਰੋਟੀ ਪਾ ਗਿਆ ਸਾਂ, ਤਾਂ ਹੁਣ ਫਿਰ ਉਹਨੂੰ ਭੁੱਖ ਲੱਗੀ ਬਹੁਤ ਜ਼ਿਆਦਾ। ਅਤੇ ਪਰ ਦੋਸਤੋ, ਜਿਹੜਾ ਨਾ ਸਾਡੇ ਖੜਗੋਸ਼ ਨੀ, ਇਹ ਅੰਦਰੋਂ ਖੁੱਡੇ ਦੇ ਅੰਦਰੋਂ ਪਤਾ ਨਹੀਂ ਕਿ ਬਾਹਰ ਨਿਕਲਾਂਗੇ ਅਸੀਂ ਸ਼ਾਮ ਨੂੰ, ਇਹਨੂੰ ਬੜਾ ਡੱਕ ਗਿਆ। ਅਤੇ ਸਰਾਖ ਜਿਹੜੇ ਨਾ ਪੈਪ ਉਹਨਾਂ ਦੇ ਵਿੱਚ, ਉਹ ਜਿਹੜੇ ਸਰਾਖ ਨੇ ਉਹਨਾਂ ਦੇ ਵਿੱਚ ਅਸੀਂ ਨਾ ਅੱਗੇ ਬੋਤਲਾਂ ਰੱਖ ਕੇ ਗਏ ਹਾਂ, ਜਿਹੜਾ ਨਾ ਬਾਹਰ ਨਿਕਲੇ ਨਾ ਹੈ। ਇਹ ਬਾਹਰ ਸ਼ਾਮ ਨੂੰ ਨਿਕਲਦੀ, ਠੰਡਾ ਮੌਸਮ ਹੋ ਜਾਂਦਾ, ਅਤੇ ਫਿਰ ਜਦੋਂ ਸ਼ਾਮ ਨੂੰ ਬਾਹਰ ਨਿਕਲੀਏ ਤਾਂ ਬਿੱਲੀ ਪਈ ਇਹਦੇ ਪਿੱਛੇ। ਹੁਣ ਰਾਤ ਦਾ 1 ਵਜਾ ਸੀ ਤਕਰੀਬਨ, ਅਤੇ ਲਾਲੇ ਹੜਾਂ ਨੇ ਬਿੱਲੀ ਜਿਹੜਾ ਨਾ ਬਿੱਲੀ ਕੋ ਉਹਨੂੰ ਬਚਾਇਆ ਸੀ ਬੜੀ ਮੁਸ਼ਕਿਲ। ਇਹ ਦੇਖੋ ਇਹਨਾਂ ਨੂੰ ਕਿੰਝ ਭੁੱਖ ਲੱਗੀ ਜੀ ਮਾਸ਼ਾਅੱਲਾ। ਅਤੇ ਇਹਨੂੰ ਰਾਤ ਦੇ 1 ਵਜੇ ਬਚਾਇਆ ਹਜੇ, ਅਤੇ ਫਿਰ ਅੰਦਰ ਹੀ ਨਾ ਵੜੇ। ਫਿਰ ਸੁਬਹਾ ਆ ਕੇ ਨਾ ਤਕਰੀਬਨ ਮੈਂ 5 ਵਜੇ 5-6 ਵਜੇ ਆਇਆ ਹਾਂ, ਅਤੇ ਆ ਕੇ ਫਿਰ ਮੈਂ ਇਹਨੂੰ ਅੰਦਰ ਵਾੜਿਆ, ਉਹ ਵੀ ਬੜਾ ਔਖਾ। ਇਹ ਅੰਦਰ ਡਰਦੀ ਹੁਣ ਵੜਦੀ ਨਹੀਂ, ਅਤੇ ਅੰਦਰ ਹੀ ਹੁਣ ਡੱਕ ਕੇ ਜਾਂਦੇ ਹਾਂ ਨਾ, ਜਦੋਂ ਇਹ ਫਿਰ ਬਾਹਰ ਨਿਕਲ ਆਉਂਦੀ ਆ ਆਪਣੇ ਆਪ ਵਿੱਚ। ਸਰਾਹ ਬੰਦ ਹੀ ਹੁੰਦੇ ਨੇ, ਪਰ ਪਤਾ ਨਹੀਂ ਕਿੱਥੋਂ ਨਿਕਲ ਆਉਂਦੀ ਹੈ। ਅਸੀਂ ਰਾਤ ਨੂੰ ਡੱਕ ਕੇ ਗਏ ਹਾਂ, ਅਤੇ ਸੁਬਹਾ ਆ ਕੇ ਵੇਖਿਆ ਤਾਂ ਬਾਹਰ ਫਿਰਦੀ ਹੈ ਵੀ, ਉਹ ਵੱਡਾ ਪਿੰਜਰਾ ਨਹੀਂ ਉਹਦੇ ਉੱਤੇ ਚੜ੍ਹ ਕੇ ਫਿਰਦੀ ਹੈ ਭਾਈ। ਪਤਾ ਨਹੀਂ ਹੈ ਕਿੱਧਰੋਂ ਨਿਕਲ ਆਉਂਦੀ, ਇਹਦੀ ਕੋਈ ਸਮਝ ਨਹੀਂ ਲੱਗੀ ਇਹ ਤੀਕਰ, ਪਰ ਇਹਦਾ ਹਾਂ ਹੱਲ ਵੇਖਣਾ ਹੈ ਕਿੱਥੋਂ ਨਿਕਲ ਜਾਂਦੀ ਹੈ। ਮੈਨੂੰ ਲੱਗਦਾ ਨੇ ਸਰੋਂਗੋਂ ਕੱਢ ਲਈਏ ਥੱਲੇ ਜਿਹੜੀ ਸਾਈਡ 'ਤੇ। ਬਾਕੀ ਸਾਡੇ ਚੂਜ਼ੇ ਮਾਸ਼ਾਅੱਲਾ ਇਹਨਾਂ ਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੈ ਜੇ। ਦੇਖੋ ਇਹ ਤਾਂ ਪਾੜੇ ਵਾਲੀ ਮੁਰਗੀ ਹੈ ਨਾ, ਇਹਨੂੰ ਜ਼ਿਆਦਾ ਲੱਗੀ ਹੋਣੀ ਚਾਹੀਦੀ, ਕਿਉਂਕਿ ਇਹਨੇ ਪਈ ਅੰਡਿਆਂ 'ਤੇ ਬਹਿਣਾ। ਹੈਲੋ ਹੈਲੋ ਹੈਲੋ, ਛੋਟੇ ਛੋਟੇ
ਦੇਖੋ ਮਾਸ਼ਾਅੱਲਾ ਸਾਰੇ ਬੱਚਿਆਂ ਨੂੰ ਕਿੰਨੀ ਜ਼ਿਆਦਾ ਭੁੱਖ ਲੱਗੀ ਹਜੇ, ਤੇ ਮੈਂ ਜਾਨਣ ਵਾਸਤੇ ਵੀ ਵੱਡਾ ਛਿੰਡਾ ਪਿਆਉਣਾ ਹੈ। ਦੇਖੋ ਦੇਖੋ ਮਾਸ਼ਾਅੱਲਾ ਕਿੰਨੀ ਜ਼ਿਆਦਾ ਇਹਨਾਂ ਨੂੰ ਭੁੱਖ ਲੱਗੀ। ਅੱਜ ਸੁਬਹਾ ਦਾ ਦਾਣਾ ਖਤਮ ਹੋਇਆ ਹੈ ਅਤੇ ਅੱਜ ਬਾਰਿਸ਼ ਵੀ ਬਹੁਤ ਜ਼ਿਆਦਾ ਰਹੀ। ਇਹ ਦੇਖੋ ਜੋਗੀ ਵੀ ਆ ਗਿਆ ਜੀ। ਓਏ ਜੋਗੀ, ਓਏ ਖਿੱਚ ਕੇ ਰੱਖੇ ਉਹਦੇ ਅੰਦਰ ਪਿੱਛੇ ਲੱਗਣਾ ਜੀ। ਹੈਲਾ ਜੋਗੇ, ਆਹ ਜੋਗੀ ਕਿੰਝ ਭੇਜਦਾ ਸੀ ਪਿਆ, ਪੂਰਾ ਪਾਣੀ ਪਾਣੀ ਦੇ ਵਿੱਚ ਭੇਜਦਾ ਸੀ ਪਿਆ। ਮੈਂ ਕਿਹਾ ਦਲੀਆ ਹੀ ਪਾ ਦਈਏ, ਸੁਬਹਾ ਦੇ ਚੂਜ਼ੇ ਭੁੱਖੇ ਹੀ ਬੜੇ ਜੇ ਹਨ। ਇਹ ਚੱਕੜੋ ਅੱਜ ਜੋਗੀ ਨੂੰ ਘੁਮਾ ਫਲਾ ਕੇ ਲਿਆਂਦਾ ਇਹਨੇ, ਇਹਨਾਂ ਨੇ ਹੁਣ ਇੱਥੇ ਬਣ ਗਿਆ ਵੀ ਬਾਹਰ ਚਲੇ ਗਿਆ। ਜੋਗੀ ਓਏ ਜੋਗਿਆ, ਹੈਲਾ ਜੋਗੀ, ਇਹ ਹੁਣ ਪਾਣੀ ਇੱਥੇ ਰੋੜੀਏ ਨਾ, ਜਿਹੜਾ ਕੋਈ ਦਾਣਾ ਵਿੱਚ ਹੈ ਇਹਨਾਂ ਸਾਰੇ ਚੁੱਕ ਚੁੱਕ ਲੈਣਗੇ। ਠੀਕ ਹੈ, ਛੋਟਾ ਛੋਟਾ ਦਾਣਾ ਸਾਰਾ ਵੇਖ ਚੂਜ਼ੇ ਚੁੱਕ ਲੈਣਗੇ। ਇਹ ਹੁਣ ਨਹੀਂ ਵੰਡਾ ਦੂਜਿਆਂ ਲਈ ਵੀ ਪਿਆਵਾਂਗਾ, ਠੀਕ ਹੈ ਨਾ। ਬਾਕੀ ਸਾਡੀ ਖਰਗੋਸ਼ ਨੂੰ ਜੋਗੀ ਨੂੰ ਵੇਖ ਕੇ ਅੰਦਰ ਵਾੜੀ ਗਈ ਜੇ। ਦੇਖੋ ਜੇ ਸਮਝ ਨਹੀਂ ਲੱਗਦੀ, ਚਾਰੋਂ ਤਰਫ ਬੰਦ ਹੈ, ਥੱਲੋਂ ਵੀ ਬੰਦ ਹੈ, ਪਰ ਇਹ ਨਿਕਲ ਕਿੱਥੋਂ ਜਾਂਦੀ ਅਸੀਂ ਇਹਦੇ ਅੰਦਰ? ਅੱਗੇ ਆ ਬੋਤਲਾਂ ਵਾਲੀਆਂ ਫਸਾ ਗਏ ਹਨ ਇਹਨਾਂ ਦੇ ਪੈਪ ਦੇ ਅੱਗੇ, ਕਿ ਬਾਹਰ ਨਾ ਨਿਕਲਿਆ, ਪਰ ਫਿਰ ਵੀ ਨਿਕਲ ਆਉਂਦੀ ਹੈ, ਪਤਾ ਨਹੀਂ ਕੀ ਵਜ੍ਹਾ। ਪਰ ਜੋਗੀ ਸਾਡਾ ਜੂ ਦੇਖੋ ਘੁੰਮ ਫਿਰ ਕੇ ਆਇਆ ਜੇ ਸੁਸੂ ਕੱਢ ਕੇ। ਇਹ ਜਦੋਂ ਆਇਆ ਸੁਬਹਾ ਸੁਬਹਾ ਦਾ ਟਾਈਮ, ਅਤੇ ਇਹ ਫੁੱਲ ਗਿੱਲਾ ਹੋਵੇ ਅਤੇ ਚੂੰਕਦਾ ਸੀ ਪਿਆ। ਲਾਲੇੜੀ ਕੰਮ 'ਤੇ ਗਏ ਹਾਂ ਅਤੇ ਮੈਂ ਇੱਥੇ ਘਰ ਰੋਟੀ ਛੋਟੀ ਲੈਣ ਗਿਆ ਹਾਂ ਇਹਦੇ ਵਾਸਤੇ। ਉਦੋਂ ਬਾਅਦ ਪਿੱਛੇ ਤੂਫਾਨ ਵਾਲੀ ਬਾਰਿਸ਼, ਪੂਰਾ ਹਨੇਰਾ ਅਤੇ ਬਾਰਿਸ਼ ਬਾਰਿਸ਼, ਹੁਣ ਆ ਕੇ ਸੂਰਜ ਨਿਕਲਣ ਲੱਗ ਪਿਆ ਜੇ, ਠੀਕ ਹੈ ਨਾ। ਇੱਥੇ ਸਾਰਾ ਪਾਣੀ ਪਾਣੀ ਤਕਰੀਬਨ ਇਹਦੇ ਨਾ ਲੱਤਾਂ ਦੇ ਘੜੇ, ਇੱਥੇ ਦਿਕਰ ਲੱਤਾਂ ਦੇ ਘੜ ਪਾਣੀ ਪਾਣੀ ਵਿੱਚ ਡੁੱਬਿਆ ਸੀ। ਉਹ ਡੱਕਾ ਵੀ ਹਾਂਗੂ ਬੰਦ ਕੀਤਾ ਸੀ, ਉਹ ਡੱਕਾ ਉਹ ਸਰਾਖ ਪੈ ਲੰਜਰ ਆਉਂਦਾ ਜੀ, ਉਹ ਸਭ ਬੰਦ ਕੀਤਾ ਸੀ ਇਸ ਵਾਰ, ਅਤੇ ਆਹ ਪਾਣੀ ਪਾਣੀ ਭੜਕਤਾ ਸੀ ਸਾਰਾ। ਫਿਰ ਆ ਕੇ ਅਸੀਂ ਪਹਿਲੇ ਸਭ ਤੋਂ ਪਹਿਲੇ ਉਹ ਖੋਲਿਆ, ਫਿਰ ਜੋਗੀ ਨੂੰ ਮੈਂ ਖੋਲਿਆ, ਲਾਲੀੜਾ ਉਹ ਖੋਲਿਆ, ਜੋਗੀ ਨੂੰ ਮੈਂ ਖੋਲ ਕੇ ਅੰਦਰ ਬੰਨਿਆ। ਮੈਂ ਆਪੇ ਵੀ ਗਿੱਲਾ ਹੋ ਗਿਆ, ਸਾਰਾ ਭਿੱਜ ਗਿਆ, ਠੀਕ ਹੈ ਨਾ। ਫਿਰ ਮੈਂ ਜਾ ਕੇ ਕਲੀ ਘਰ ਨਾ ਆ ਕੇ ਫਿਰ ਜੁਮਾ ਸ਼ੁਮਾ ਪੜ੍ਹ ਕੇ ਫਿਰ ਹੁਣ ਆਇਆ ਜੇ ਆ ਕੇ, ਅਤੇ ਬਾਕੀ ਜੋਗੀ ਨੂੰ ਵੀ ਕਿਉਂਕਿ ਸ਼ੋਰ ਮਚਾਉਂਦਾ ਹਜੇ ਉੱਚੀ ਉੱਚੀ, ਭੌਂਕਦਾ ਸੀਗਾ ਮੈਨੂੰ ਖੋਲੋ ਅਤੇ ਅੰਦਰ ਬੰਨੋ, ਮੈਂ ਭੇਜਣਾ ਪਿਆ, ਵੇਖੋ ਕਿ ਇਨਸਾਫ ਹੋ ਗਿਆ ਨਾਲ। ਹੋ ਜੋਗੀ ਇਧਰਾ 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 ਦੋਸਤੋ, ਜੋਗੀ ਦੀਆਂ ਉਹ ਦਾਣਾ ਖਾਂਦੇ ਜੇ ਤਾਂ ਨਾਲ ਆਪਸ 'ਚ ਲੜਦੇ ਜੇ ਪਏ। ਬਾਕੀ ਸਾਰੇ ਜਾਨਵਰਾਂ ਨੇ ਪਿਛੜੇ ਪਾਹੜੇ ਨੇ ਹੁਣ ਵੱਢਣ ਨਾਲ ਰਹਿ ਗਏ ਨੇ, ਅਤੇ ਵੰਡਾ ਭਿਓਈਏ, ਠੀਕ ਹੈ ਨਾ। ਵੰਡਾ ਭਿਓ ਉਹ ਮੁਰਗੀ ਖਾਂਦੀ ਹੈ ਨਾ, ਅਤੇ ਥੋੜ੍ਹਾ ਜਿਹਾ ਫਿਰਦੀ ਟੁੱਟਦੀ ਹੈ, ਫਿਰ ਇਹਨੂੰ ਡੱਕ ਦਈਏ ਅੰਦਰ ਪਾੜੇ 'ਤੇ, ਫਿਰ ਉਹ ਮੁਰਗੀ ਨੂੰ ਫੜ ਕੇ ਨਾ ਖੋਲ੍ਹ ਕੇ ਫੜ ਕੇ ਇਹਨੂੰ ਖਵਾਵਾਂਗੇ ਦਲੀਆ, ਕਿਉਂਕਿ ਇਹਨੂੰ ਅੜੇ ਉਹਨਾਂ ਖਵਾਇਆ ਲਾਲੇੜਾਂ ਨੇ, ਪੋਟਾਂ ਦੇ ਇਹਨਾਂ ਦੀਆਂ ਰੱਜੀਆਂ ਹਨ। ਬਾਕੀ ਇਹਨਾਂ ਨੂੰ ਜਿਹੜਾ ਨਾ ਡੱਕੀਏ, ਨਹੀਂ ਲਾਲੇੜਾ ਲਿਆਂਦਾ ਅਜੇ ਦਾਣਾ, ਐ ਚੈੱਕ ਕਰੋ, ਮੈਨੂੰ ਦੱਸਿਆ ਹੀ ਨਹੀਂ ਨੇ ਦਾਣਾ ਲਿਆਂਦਾ ਹੈ ਲਾਲੇੜਾ ਨੇ, ਐਂ ਚੈੱਕ ਕਰੋ, ਇਹ ਦਾਣਾ ਚੈੱਕ ਕਰੋ ਤੁਸੀਂ ਲਿਆਂਦਾ ਹੈ, ਉਹਨਾਂ ਨੇ ਮੈਨੂੰ ਦੱਸਿਆ ਨਹੀਂ ਨੇ ਕਿ ਮੈਂ ਦਾਣਾ ਵੀ ਲਿਆਂਦਾ। ਇਹ ਦੇਖੋ ਤੁਸੀਂ ਲਾਲੇੜਾ ਦਾ ਕੰਮ, ਬਾਜਰਾ ਲਿਆਂਦਾ ਨੇ ਅੱਜ, ਦੇਖੋ ਮਾਸ਼ਾਅੱਲਾ ਬਾਜਰਾ ਲਿਆਂਦਾ ਨੇ, ਤਾਂ ਮੈਨੂੰ ਦੱਸਿਆ ਨਹੀਂ ਹੈ ਕਿ ਮੈਂ ਬਾਜਰਾ ਲਿਆਂਦਾ, ਅਤੇ ਮੈਂ ਆਉਂਦੇ ਹਾਂ ਦਾਣਾ ਲਿਆਈਏ। ਇਹ ਦੇਖੋ ਇਹਨੂੰ ਭੁੱਖ ਲੱਗੀ, ਇਹਨੂੰ ਮਸਾਲੇ ਮਾਰਦੇ ਹਜੇ ਦੌੜਦੀ ਆਈ, ਮੈਂ ਇਹਨੂੰ ਬਾਕੀ ਖਵਾ, ਬਾਕੀ ਸਾਰੇ ਜਾਨਵਰ ਮਾਸ਼ਾਅੱਲਾ ਰੱਜੇ ਦਾਣਾ ਖਾ ਕੇ, ਆਰਾਮ ਨਾਲ ਆਰਾਮ ਨਾਲ ਖਾ, ਆਰਾਮ ਨਾਲ ਖਾ, ਕੋਈ ਵੀ ਨਹੀਂ ਆਉਂਦਾ।
ਐ ਚੈੱਕ ਕਰ ਮਸ ਓਏ 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 ਜੋਗੀ ਦੇ ਸਪੈਨ ਲਗਾ ਓਏ ਜੋਗੀ ਦੇ ਕਹਾਂ ਹੈ ਜੋਗੀ ਬੰਨਿਆ ਨਾ ਨਾ ਦਾ ਹੁਣ ਜੇ ਜੋਗੀ ਨੇ ਨੂੰ ਪੜ ਲੈਣਾ ਹਾਂ ਦੇਖ ਜੋਗੀ ਦੇ ਰਕਦਾ ਵੇਖ ਤੂੰ ਐ ਦੇਖ ਜੋਗੀ ਕਹਿੰਦੇ ਗੁੱਸੇ ਨਾ ਆ ਕੇ ਵੇਖਦਾ ਜੇ ਕੁਛ ਨਹੀਂ ਜੋਗੇ ਜੋਗੇ ਓ ਜੋਗੂ ਕੁਛ ਨਹੀਂ ਦੇ ਥੱਲੇ ਲੋਕ ਗਏ ਜਾਣ ਛੁੱਪ ਗਏ ਜੇ ਉਹ ਦੇਖੋ ਨਜ਼ਰ ਆਏ ਜੀ ਇਹਦੇ ਥੱਲੇ ਛੁੱਪ ਗਏ ਇਹਨੂੰ ਵੀ ਬਾਜੜਾ ਪਾਈਏ ਖਾਂਦੀ ਜੇ ਮਾਸ਼ਾਅੱਲਾ ਬਾਜੜਾ ਵੀ ਇਹਨੂੰ ਪੁੱਛ ਇਹਨੂੰ ਅਸਲ 'ਚ ਭੁੱਖ ਲੱਗੀ ਓਏ ਇੱਧਰ ਦੇ ਆਪਸ 'ਚ ਲੜਦੇ ਕਿ ਹੁਣ ਚਲੋ ਬਾਹਰ ਬਾਹਰ ਚੱਲ ਚੱਲ ਬਾਹਰ ਦੇਖੋ ਮਛਲਾ ਖੜਗੋਸ਼ ਨਹੀਂ ਦਾਣਾ ਖਾਣ ਆਈ ਐ ਚੈੱਕ ਆਈ ਗਈ ਜੋਗੀ ਭੌਂਗੀ ਜਾਂਦਾ ਜਗ੍ਹਾ ਪਿੱਛੇ ਜੋਗੀ ਦੀਆਂ ਅਣਗਤਾਂ ਵੇਖ ਨਜ਼ਰ ਆਉਂਦਾ ਪਿਆ ਜੋਗੀ ਇੱਦਾਂ ਲੱਗਦਾ ਇਹ ਦੇਖੋ ਮਛਲਾ ਦੇਖੋ ਦਾਣਾ ਖਾਂਦੀ ਜੇ ਬਜੜਾ ਖਾਂਦੀ ਜੇ ਅਸਲ 'ਚ ਨਾ ਇਹ ਡਰ ਗਈ ਅੰਦਰੋਂ ਅੰਦਰੋਂ ਬਹੁਤ ਜ਼ਿਆਦਾ ਡਰ ਗਈ ਜੇ ਬਿੱਲਾ ਭੈਣ ਦੇ ਵਿਆਹ ਨਾ ਇਹਨੂੰ ਮੈਂ ਥੋੜ੍ਹਾ ਜਿਹਾ ਹਿੱਲਣਾ ਨਾ ਥੋੜ੍ਹਾ ਜਿਹਾ ਐਕਟਿਵ ਹਿੱਲਣਾ ਇਹਨੇ ਡਰ ਕੇ ਦੌੜ ਲੱਗ ਜਾਂਦੀ ਇਸ ਵਾਰ ਮੈਂ ਆਰਾਮ ਨਾਲ ਕਰੀ ਇੰਜੀ ਨਾ ਆਰਾਮ ਨਾਲ ਖਲੋ ਕੇ ਦਿਖਾਉਂਦਾ ਵੈ ਅਤੇ ਮੈਂ ਜੋਗੀ ਤਾਂ ਦਿਖਾਉਣਾ ਕਿ ਇੰਜੀ ਪੌਂਗੀ ਜਾਂਦਾ ਜੇ ਪੈ ਭੁੱਖ ਬਹੁਤ ਜ਼ਿਆਦਾ ਲੱਗੀ ਬੱਚੇ ਦੇਖ ਮਾਸ਼ਾਅੱਲਾ ਕਿਸੇ ਮਜ਼ੇ ਨਾਲ ਖਾਂਦੀ ਜੇ ਭਾਈ ਬਾਜੜਾ ਜੇ ਭੁੱਖ ਬਹੁਤ ਜ਼ਿਆਦਾ ਲੱਗੀ ਚੂਜ਼ਾ ਆ ਗਿਆ ਜੇ ਨਜ਼ਦੀਕ ਆ ਦੇਖੋ ਇਹ ਚੂਜ਼ਾ ਛੋ ਛੋ ਚੱਲ ਦੌੜ ਜਾ ਦੌੜ ਜਾ ਦੌੜ ਜਾ ਚੱਲ ਦੋਸਤੋ ਜਾਨਾਂ ਹੋਣ ਲੱਗ ਪਈਆਂ ਜੇ ਅਤੇ ਖੜਗੋਸ਼ ਨੇ ਸਾਡੇ ਕਿੰਨੇ ਮਜ਼ੇ ਨਾਲ ਖਾਣ ਦੇ ਜੋ ਸਾਡੀ ਮੁਰਗੀ ਨੇ ਖਾ ਲਿਆ ਜੇ ਹੁਣ ਅਤੇ ਹੁਣ ਉਹ ਅੰਡਿਆਂ ਦੇ ਅੰਦਰ ਜਾਣ ਦੀ ਵੇਖੋ ਸੋਚਦੀ ਜੇ ਪਿਆ ਦੇਖੋ ਇਹ ਦੇਖ ਇਹ ਦੇਖ ਉਹਨੇ ਹੁਣ ਅੰਡਿਆਂ ਦੇ ਉੱਤੇ ਬਹਿਣਾ ਇਸ ਵਾਰ ਤੂੰ ਇੱਥੇ ਘੁੰਮਦੀ ਵੇ ਇੱਧਰ ਨੂੰ ਆ ਇੱਧਰ ਨੂੰ ਆ ਇੱਧਰ ਆ ਓਏ ਬਾੜ ਆ ਬਾੜ ਕਿੱਥੇ ਅੰਦਰ ਜਾਈ ਜਾਂਦੀ ਹੈ ਵੀ ਚੱਲ ਅੰਦਰ ਚੱਲ ਸ਼ਾਬਾਸ਼ ਹੈਲੋ ਜੀ ਮਾਸ਼ਾਅੱਲਾ ਬਹਿ ਗਈ ਅਤੇ ਅੰਡੇ ਸਾਡੇ ਉਂਝ ਸਾਰੇ ਹੀ ਗਿੱਲੇ ਹੋ ਗਏ ਆ ਕੜੇ ਤਾਂ ਨਿਕਲ ਹੀ ਆਉਣ ਪਤਾ ਨਹੀਂ ਹੁਣ ਨਿਕਲਦੇ ਨੇ ਕਿ ਨਹੀਂ ਨਿਕਲਦੇ ਹੈ ਪਰ ਹੁਣ ਇਹਨੂੰ ਬਿਠਾ ਦਿੱਤਾ ਤੁਸੀਂ ਵੀ ਅੰਦਰ ਹੀ ਜਾਣਾ ਬਾਹਰ ਨਹੀਂ ਜਾਣਾ ਓਏ ਚੂਜ਼ਿਓ ਵੀ ਅੰਦਰ ਹੀ ਵੜ ਗਏ ਚਲੋ ਇਹਨਾਂ ਨੂੰ ਡੱਕੀਏ ਠੀਕ ਹੈ ਬਾਕੀ ਸਾਡੇ ਸਾਰੇ ਚੂਜ਼ੇ ਫਿਰਨ ਟੁਰਨ ਦੋ ਤਾਂ ਮੌਸਮ ਫਿਰ ਠੰਡਾ ਹੋ ਗਿਆ ਠੀਕ ਹੈ ਨਾ ਜੋਗੀ ਸਾਡਾ ਖਲੋ ਕੇ ਵੇਖ ਜਾਂਦਾ
ਇਹਨੂੰ ਰੇਤ ਤੇ ਬੰਨ ਨਹੀਂ ਸਕਦੇ ਕਿਉਂਕਿ ਰੇਤ ਫੁੱਲ ਗਿੱਲੀ ਆ ਇਸ ਟਾਈਮ ਤੇ, ਇਹਨੂੰ ਇੱਥੇ ਹੀ ਬੰਨ ਦਿੰਦੇ ਆ, ਠੀਕ ਹੈ ਨਾ। ਬਾਕੀ ਦੋਸਤੋ ਅੱਜ ਦਾ ਸਾਡਾ ਹੀ ਵਲੌਗ ਸੀ, ਮੇਰੇ ਨਾਲ ਖੜੋ ਵੀਡੀਓ, ਲਾਜ਼ਮੀ ਲਾਈਕ ਕਰੋ, ਚੈਨਲ ਸਬਸਕ੍ਰਾਈਬ ਕਰੋ ਤੇ ਅਸੀਂ ਚੱਲ ਕੇ ਪੱਠੇ ਬਣ ਲਈਏ, ਠੀਕ ਹੈ। ਮਿਲਦੇ ਹਾਂ ਨੈਕਸਟ ਵਲੌਗ।